is South Asian Media Group, Y Media. तो बीजेपी ਦਾ ਇਸ ਮਾਮਲੇ ਤੇ ਕੀ ਵਿਚਾਰ ਹੈ, ਜਿਹੜਾ ਉਹ ਵੀ ਸੁਣ ਲਈਏ ਕਿ ਬੀਜੇਪੀ ਇਸ ਮਾਮਲੇ ਤੇ ਕੀ ਆਪਣੇ ਪ੍ਰਤੀਕਿਰਿਆ ਕਰ ਰਹੀ ਹੈ ਕਿ ਕਿਆ ਬੀਜੇਪੀ ਨਾਲ ਦੁਬਾਰਾ ਗੱਠਜੋੜ ਹੋਏਗਾ ਨਹੀਂ ਹੋਏਗਾ, ਉਹ ਵੀ ਸੁਣੋ। ਪਿੰਡਾਂ ਜਿੱਤਿਆ ਤੇ ਉਹਨਾਂ ਦੇ ਆਪਦੇ ਸਬੰਧ ਨੇ ਲੋਕਾਂ ਨਾਲ, ਇੰਨੀ ਦੇਰ ਰਾਜ ਵੀ ਕੀਤਾ ਉਹਨਾਂ ਨੇ, 5 ਵਾਰ ਤਾਂ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਨੇ, ਠੀਕ ਹੈ ਗੱਲ। ਇਹ ਇਸ ਕਰਕੇ ਇਹ ਸੀਟਾਂ ਦੀ ਕੋਈ ਗੱਲ ਨਹੀਂ ਹੁੰਦੀ, ਸੀਟਾਂ ਤਾਂ ਅਸੀਂ 3 ਸੀਟਾਂ ਬਿਲਕੁਲ ਹੀ 5-7 ਹਜ਼ਾਰ ਵੋਟ ਤੇ ਹੀ ਤਾਂ ਅਸੀਂ ਲੂਜ਼ ਕੀਤੀਆਂ ਨੇ, ਹੋਰ ਥੋੜੀ ਜਿਹੀ ਮੈਨੇਜਮੈਂਟ ਠੀਕ ਕਰ ਲੈਂਦੇ ਤੇ ਕੈਂਡੀਡੇਟ ਠੀਕ ਕਰ ਲੈਂਦੇ ਜਿੱਤੇ ਪਏ ਸੀ, ਠੀਕ ਹੈ ਨਾ। ਉਹ ਜਿੱਤਣ ਹਾਰਨ ਦੀ ਨੀ ਕੋਈ ਗੱਲ, ਪਰ ਇਹ ਗੱਲ ਹੈਗੀ ਹੈ ਪੰਜਾਬ ਦੀ, ਗੱਲ ਹੈਗੀ ਹੈ ਪੰਥ ਦੀ, ਗੱਲ ਹੈਗੀ ਹੈ ਬੇਅਦਬੀਆਂ ਦੀ, ਗੱਲ ਇਹ ਆ। ਤੇ ਮੈਂ ਤਾਂ ਇਹ ਵੀ ਕਹੂੰਗਾ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਕੀ ਸੀ, ਉਹ ਸਿੱਖਾਂ ਦਾ ਪੋਪ ਸੀ, ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਜਿਹੜਾ ਨਾ ਉਹਨੂੰ ਸਿੱਖਾਂ ਦਾ ਪੋਪ ਕਹਿੰਦੇ ਆ, ਤੇ ਉਹਦੇ ਹੋ ਗਏ ਟੁਕੜੇ ਟੁਕੜੇ, ਜਿਨ੍ਹਾਂ ਨੇ ਕੀਤੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ। ਸਰਦਾਰ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ, ਗ੍ਰਹਿ ਮੰਤਰਾਲੇ ਇਹਨਾਂ ਦੇ ਕੋਲ, ਉਸ ਦਾ ਇਨਸਾਫ਼, ਉਸ ਦੇ ਕਾਤਲਾਂ ਨੂੰ ਸਜ਼ਾ ਇਹਨਾਂ ਨੇ ਕਿਉਂ ਨਹੀਂ ਦਿੱਤੀ ਜੀ? ਕਿਹੜੀ ਪੰਥਕ ਪਾਰਟੀ ਹੈ, ਪੰਥ ਨੂੰ ਰਿਪ੍ਰੈਜੈਂਟ ਕਰਨਾ ਤੇ ਤੁਹਾਨੂੰ ਪੰਥ ਦੀ ਗੱਲ ਵੀ ਕਰਨੀ ਪਊਗੀ, ਠੀਕ ਹੈ ਨਾ ਗੱਲ। ਤੇ ਉਹ ਨਹੀਂ ਕੀਤੀ, ਔਰ ਮੈਂ ਦਾਅਵੇ ਨਾਲ ਕਹਿਣਾ ਕਿ ਸਾਡੀ ਬੀਜੇਪੀ ਦੀ ਸਰਕਾਰ ਆਊਗੀ 27 ਚ, ਅਸੀਂ ਉਸਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦੇਵਾਂਗੇ, ਸਾਹਮਣੇ ਲਿਆਵਾਂਗੇ ਕੱਢ ਕੇ। ਬਈ ਮੋਦੀ ਜੀ ਨੇ ਤਾਂ ਇੱਥੇ ਸਿੱਖ ਪ੍ਰਧਾਨ ਮੰਤਰੀ ਰਿਹਾ, ਸਿੱਖ ਰਾਸ਼ਟਰਪਤੀ ਰਿਹਾ, ਉਹਨਾਂ ਨੇ ਕਦੇ ਵੀ 84 ਦੀ ਨਸਲਕੁਸ਼ੀ ਦੀ ਸਜ਼ਾ ਨਹੀਂ ਦਿੱਤੀ। ਕਰਤਾਰਪੁਰ ਕੋਰੀਡੋਰ ਲਈ ਗੁਰਪ੍ਰਤਾਪ ਬਡਾਲਾ ਦੇ ਪਿਤਾ ਜੀ ਜਿਹੜੇ ਸੀ, ਉਹ ਬਡਾਲਾ ਸਾਹਿਬ ਅਰਦਾਸਾਂ ਕਰਦੇ ਰਹੇ, 70 ਸਾਲ ਦੀਆਂ ਅਰਦਾਸਾਂ ਨੂੰ ਬੂਰ ਪਾਇਆ ਕਿ ਕਰਤਾਰਪੁਰ ਕੋਰੀਡੋਰ ਨਿਰਮਾਣ ਕਰਵਾਇਆ, ਖੋਲਿਆ। ਜਿਹੜਾ ਲੋਕ ਐਵੇਂ ਕਰਦੇ ਰਹਿੰਦੇ ਆ, ਉਹਨੇ ਖੁਲਵਾਤਾ, ਉਹਨੇ ਇਹ ਡਿਪਲੋਮੈਟਿਕ ਚੈਨਲ ਹੁੰਦੇ ਆ, ਬਿਨਾਂ ਭਾਰਤ ਸਰਕਾਰ ਤੋਂ ਕੋਈ ਖੋਲ ਸਕਦਾ, ਬਿਨਾਂ ਪਾਕਿਸਤਾਨ ਸਹਿਮਤੀ ਤੋਂ ਕੋਈ ਖੋਲ ਸਕਦਾ? ਉਹ ਖੁਲਵਾਇਆ ਔਰ ਉਹਦਾ ਨਿਰਮਾਣ ਵੀ ਕਰਵਾਇਆ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਹੀ ਨਹੀਂ ਸੀ ਕੋਈ ਕਰਦਾ, ਪੂਰੇ ਦੇਸ਼, ਪੂਰੀਆਂ ਦੁਨੀਆਂ ਦੀਆਂ ਅੰਬੈਸੀਆਂ ਚ, ਭਾਰਤ ਦੀਆਂ ਚ ਕੀਤਾ ਜਾਵੇ। ਹਾਂ, ਵੀਰਵਾਲ ਦਿਵਸ ਗੁਰੂ ਨਾਨਕ ਦਾ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ, ਅਗਰ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨਾ ਦਿੰਦੇ ਤਾਂ ਅੱਜ ਇੱਥੇ ਨਾ ਹਿੰਦੂ ਹੋਣਾ ਸੀ, ਨਾ ਸਿੱਖ ਹੋਣਾ ਸੀ, ਅੱਲਾਹੁ ਅਕਬਰ ਹੋਣਾ ਸੀ। ਇਹ ਜਿਹੜੀਆਂ ਗੱਲਾਂ ਆਪਾਂ ਮਾਰਦੇ ਹਾਂ ਨਾ, ਇਹ ਗੱਲਾਂ, ਅਸਲ ਆਜ਼ਾਦੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਦਿੱਤੀ ਆ, ਆਪਾਂ ਨੂੰ ਬਚਾਇਆ। ਅੱਛਾ, ਉਹਦੇ ਚ ਉਸ ਨੂੰ ਵੀ ਪੂਰੀ ਦੁਨੀਆਂ ਚ ਮਨਾਇਆ ਗਿਆ, ਮੋਦੀ ਜੀ ਦੀ ਸਰਕਾਰ ਨੇ ਮਨਾਇਆ, ਕਿਸੇ ਹੋਰ ਨੇ ਨੀ ਮਨਾਇਆ, ਪਰ ਪੰਜਾਬ ਸਰਕਾਰ ਨੇ ਪੰਜਾਬ ਚ ਨਹੀਂ ਮਨਾਇਆ ਸਰਕਾਰੀ ਤੌਰ ਤੇ। ਤੇ ਇਸ ਕਰਕੇ ਉਹ ਪਾਰਟੀ, ਉਹਦੇ ਤੁਸੀਂ ਖਿਲਾਫ਼ ਬੋਲਦੇ ਰਹੋ, ਇਹ ਕਿੰਨੇ ਪੰਥਕ ਦੇ ਪੰਥ ਦੇ ਹਿਤੈਸ਼ੀ ਹੋ ਗਏ, ਉਹ ਤਾਂ ਗੱਲਬਾਤ ਕਰਕੇ ਹੋਰ ਗੱਲਾਂ। ਤੁਸੀਂ 300 ਲੋਕਾਂ ਨੂੰ ਕਾਲੀ ਸੂਚੀ ਚੋਂ ਕੱਢਿਆ ਮੋਦੀ ਜੀ ਨੇ, ਜਿਹੜੇ 36-37 ਸਾਲਾਂ ਤੋਂ ਪਰਿਵਾਰਾਂ ਚ ਨਹੀਂ ਸੀ ਆ ਪਾ ਰਹੇ, ਕਦੇ ਇਹਨਾਂ ਨੇ ਮੰਗ ਕੀਤੀ ਸੀ? ਕਦੇ ਵੀ ਨਹੀਂ ਕੀਤੀ। ਤੁਸੀਂ ਤਾਂ ਪੰਥਕ ਦਲੋਂ ਕਿਉਂ ਨਹੀਂ ਕਰਦੇ? ਅਕਾਲੀ ਦਲ ਦਾ ਆਚਰਣ ਜਿਹੜਾ ਸੀ ਨਾ, ਚਰਿੱਤਰ ਜਿਹੜਾ ਸੀ, ਉਹਦੇ ਚ ਵਿਗਾੜ ਲਿਆ ਤਾ, ਇਹ ਆ ਕਾਰਨ ਅਦੋ ਗਦੀ ਦਾ। ਅਕਾਲੀ ਦਲ ਦਾ ਕੈਡਰ ਅੱਜ ਵੀ ਹੈਗਾ, ਤੁਸੀਂ ਕੈਡਰ ਖੜਾ ਕਰਕੇ ਕਦੇ ਚੁਣਾਵ ਨਹੀਂ ਜਿੱਤੇ ਜਦੋਂ ਤੱਕ ਤੁਹਾਡੀ ਮੁੱਖ ਧਾਰਾ ਨਾਲ ਆਮ ਜਨਤਾ ਨਾਲ ਜੁੜੀ ਹੋਵੇ, ਠੀਕ ਹੈ। ਉਹ ਅਕਾਲੀ ਦਲ ਦੀ ਇਹਨਾਂ ਨੇ ਐਸੀ ਦਸ਼ਾ ਲਿਆਤੀ ਹੈ ਕਿ ਉਹ ਜਿੱਤ ਨਹੀਂ ਸਕਦਾ ਹੁਣ, ਇਹ ਪ੍ਰੋਬਲਮ ਹੈਗੀ, ਹੋਰ ਕੋਈ ਗੱਲ ਨਹੀਂ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਕਹਿੰਦੇ ਆ ਨਾ ਆਪਰੇਸ਼ਨ ਲੋਟਸ, ਅਰੇ ਬਾਈ ਤੇਰੇ MLA ਵੀ ਸਕੂਟਰ ਤੇ ਜਾਣ ਜੋਗੇ, ਸਾਡੇ ਵੀ ਸਕੂਟਰ ਤੇ ਜਾਣ ਜੋਗੇ,
ਭਲੇ ਮਾਨਸਾ ਆਪਰੇਸ਼ਨ ਲੋਟਸ ਚਲਾ ਕੇ ਕੀ ਕਰਾਂਗੇ, ਦੋ ਦੂਣੀ ਚਾਰ ਕਰ ਲਾਂਗੇ, ਦੋ ਸਾਡੇ ਆ ਦੋ ਤੇਰੇ ਲੈ ਲਾਂਗੇ, ਹੈ ਉਹ ਦੋ ਦੂਣੀ ਚਾਰ ਕਰਕੇ ਵੀ ਉਹ ਵੀ ਤੇਰੇ ਨਾਲ ਹੈ ਨੀ ਗੇ ਵਿਧਾਇਕ, ਅਕਾਲੀ ਦਲ ਦੇ ਵਿਧਾਇਕ ਹੀ ਅਕਾਲੀ ਦਲ ਦੇ ਨਾਲ ਨੇ ਇਸ ਵੇਲੇ, ਤੇ ਦੋ ਦੂਣੀ ਚਾਰ ਕਰ ਲਾਂਗੇ, ਚਾਰ ਕਰਕੇ ਕੋਈ ਪੰਜਾਬ ਸਰਕਾਰ ਨੂੰ ਹੋਲਾ ਦੇਣ, ਕਿਉਂ ਆਪਰੇਸ਼ਨ ਲੋਟਸ ਚਲਾਉਣਾ? ਬੀਜੇਪੀ ਇੰਨੀ ਮੂਰਖਤਾ ਨਹੀਂ ਹੈ, ਦੁਨੀਆਂ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਹੈ। ਇਸ ਕਰਕੇ ਮੇਰਾ ਖਿਆਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਣੇ, ਦੇਖੋ ਰੱਬ ਕੀ ਕਰਦਾ ਇਹਦਾ ਬੁਰਾ ਕਰਨਾ ਹੋਵੇ, ਨਾ ਖੱਬਿਓਂ ਲੱਤ ਮਾਰਦਾ ਤੇ ਨਾ ਸੱਜਿਓਂ ਮਾਰਦਾ, ਮਾਰਦਾ ਤਾਂ ਆਦਮੀ ਦੀ ਮੱਤ ਮਾਰਦਾ, ਇਹਦੀ ਮੱਤ ਮਾਰੀ ਹੋਈ ਹੈ ਭਲੇ ਮਾਨਸ ਦੀ, ਸਾਡੇ ਨਾਲ ਇਹਦਾ ਝਗੜਾ ਕਾਹਦਾ? ਜੇ ਅਕਾਲੀ ਦਲ ਦੀ ਕਦੇ ਸਰਵਾਈਵਲ ਆ ਤਾਂ ਬੀਜੇਪੀ ਨਾਲ ਆ, ਵੈਸੇ ਕਦੇ ਵੀ ਇਹਦੀ ਸਰਕਾਰ ਨਹੀਂ ਬਣਨੀ, ਠੀਕ ਹੈ ਨਾ? ਤੇ ਇਸ ਕਰਕੇ ਬੀਜੇਪੀ ਦੀ ਸਰਕਾਰ ਬਣੂਗੀ, ਕੱਲਿਆਂ ਦੀ ਬਣੂਗੀ, ਉਹਦੇ ਚ ਹੀ ਪੰਜਾਬ ਦਾ ਭਲਾ ਹੋਣਾ। ਤੇ ਆਹ ਜਿਹੜੇ ਨਸ਼ੇ ਨੇ, ਜਿਹੜੇ ਬਾਕੀ ਚੀਜ਼ਾਂ ਨੇ, ਕਿੱਥੋਂ ਆਈਆਂ ਨੇ? ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੁੱਛੋ ਨਾ ਸਵਾਲ। ਤੇ ਇਸ ਕਰਕੇ ਮੈਂ ਕੋਈ ਉਹਨਾਂ ਦੇ ਨਿੱਜੀ ਤੌਰ ਤੇ ਖਿਲਾਫ਼ ਨਹੀਂ ਹੈਗਾ, ਮੈਂ ਤਾਂ ਜੋ ਪੰਜਾਬ ਦੇ ਲਈ ਉਹ ਕਰ ਸਕਦੇ ਆ ਉਹ ਅੱਜ ਕਰ ਨਹੀਂ ਰਹੇ, ਪਰ ਜੋ ਉਹਨਾਂ ਨੂੰ ਫਰਜ਼ ਨਿਭਾਉਣਾ ਚਾਹੀਦਾ, ਆਪਦੀ ਲੀਡਰਸ਼ਿਪ ਨੂੰ ਹੀ ਤੁਸੀਂ ਖਤਮ ਕਰੀ ਜਾਂਦੇ ਹੋ, ਉਹਨਾਂ ਨੂੰ ਬੀਜੇਪੀ ਦੇ ਦਲਾਲ ਦੱਸੀ ਜਾਂਦੇ ਹੋ, ਆਪਰੇਸ਼ਨ ਲੋਟਸ ਦਾ ਹਿੱਸਾ ਦੱਸੀ ਜਾਂਦੇ ਹੋ। ਇਹ ਇਹੋ ਜਿਹੇ, ਚੰਦੂ ਮਾਜਰਾ ਜੀ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਉਹ ਸਟੂਡੈਂਟ ਲੀਡਰ ਰਹੇ ਆ ਬਹੁਤ ਬੜੇ, ਮੈਂ ਵੀ ਉਸੇ ਟਾਈਮ ਸੀ, ਖੈਰ ਉਹਨਾਂ ਤੋਂ ਥੋੜਾ ਛੋਟਾ ਉਮਰ ਚ, ਪਰ ਉਹ ਬੜੇ ਲੀਡਰ ਸੀ ਉਸ ਵੇਲੇ, ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਵੀ ਰਹੇ ਨੇ। ਤੇ ਉਹਨਾਂ ਨੂੰ ਤੁਸੀਂ ਉਦੋਂ ਤੋਂ ਅਕਾਲੀ ਦਲ ਨਾਲ ਹੋ, ਥੋੜਾ ਸਾਹਿਬ ਦੇ ਨਾਲ ਸੀ, ਤੁਸੀਂ ਉਹਨਾਂ ਦੀ ਲੀਡਰਸ਼ਿਪ ਖਤਮ ਕਰਨ ਲੱਗੇ ਹੋਏ, ਉਹੋ ਜਿਹੇ ਲੋਕਾਂ ਨੂੰ ਬੋਲ ਕੇ, ਢੀਂਡਸਾ ਸਾਹਿਬ ਨੂੰ ਅਪਮਾਨਿਤ ਕਰਕੇ, ਬੀਬੀ ਜਗੀਰ ਕੌਰ ਚਾਰ ਵਾਰ ਦੀ ਜਿਹੜੀ ਪ੍ਰਧਾਨ ਆ ਸ਼੍ਰੋਮਣੀ ਕਮੇਟੀ ਦੀ, ਉਹਨੂੰ ਅਪਮਾਨਿਤ ਕਰਕੇ, ਮੈਂ ਕੋਈ ਉਹਨਾਂ ਦਾ ਪੱਖ ਨਹੀਂ ਲੈ ਰਿਹਾ, ਉਹਨਾਂ ਦਾ ਨਹੀਂ ਲੈ ਰਿਹਾ, ਇਹ ਪਾਰਟੀ ਤਾਂ ਇਕੱਠੇ ਹੋ ਕੇ ਚੱਲੂਗੀ, ਵੈਸੇ ਥੋੜਾ ਅਕਾਲੀ ਦਲ ਚੱਲੂਗਾ, ਤਾਂ ਮੈਨੂੰ ਕੋਈ ਪਾਰਟੀ ਚਲਾਉਣ ਦੀ ਚਿੰਤਾ ਨਹੀਂ ਹੈ ਅਕਾਲੀ ਦਲ ਦੀ, ਮੈਨੂੰ ਤਾਂ ਉਹਦੇ ਚ ਪੰਜਾਬ ਦਾ ਹਿੱਤ ਆ। ਆਹ ਜਿਹੜੀ ਯੂਥ ਗੁੰਮਰਾਹ ਹੋ ਕੇ ਕਾਲਾ ਦੌਰ ਲਿਆ ਸਕਦੀ ਆ, ਉਸ ਤੋਂ ਬਚਾਉਣ ਦੀ ਜ਼ਰੂਰਤ ਆ, ਤਾਂ ਬੋਲ ਰਹੇ ਹਾਂ। ਸਾਰੀ ਗੱਲਬਾਤ ਤੁਸੀਂ ਸੁਣ ਲਈ, ਤੋ ਬੀਜੇਪੀ ਜਿਹੜੀ ਆ ਹੁਣ ਕਹਿ ਰਹੀ ਹੈ ਕਿ ਸੁਖਬੀਰ ਬਾਦਲ ਸਾਹਿਬ ਜਾਂ ਇਹਨਾਂ ਦਾ ਆਚਰਣ ਠੀਕ ਨਹੀਂ ਸੀਗਾ, ਜਿਹਦੇ ਕਾਰਨ ਕਿ ਸਾਰਾ ਕੁਝ ਇਹ ਹੋਇਆ। ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ।